ਗਾਗਰ ਸਿੰਘ ਹਾਂ ਜੀ ਤੇ ਇੱਕ ਕਪੂਰੀ ਲੰਗਾ ਲੰਗਾ ਖੋ ਸੁਣਿਆ ਅੱਛਾ ਤੇ ਇੱਕ ਤਰਨ ਸਿੰਘ ਜੱਟ ਸਨ ਲੰਬੜ ਸਨ ਪਿੰਡ ਦੇ ਅੱਛਾ ਉਹਦਾ ਬੱਚਾ ਸੀ ਲਾਲ ਸਿੰਘ ਅੱਛਾ ਇੱਕ ਕੋਈ ਕਰਤਾਰੂ ਵਾਲੀ ਸੁਣਿਆ ਨੇ ਅੱਛਾ ਇੱਕ ਜਹਾਰਾ ਹੁੰਦਾ ਸੀ ਅੱਛਾ ਇੱਕ ਸ਼ਿੰਗਾਰਾ ਹੁੰਦਾ ਸੀ ਸਹੀ ਹੋ ਗਿਆ ਇੱਕ ਪਿਆਰਾ ਹੁੰਦਾ ਸੀ ਤ੍ਰੈ ਭਰਾ ਹਨ ਉਹ ਅੱਛਾ ਸਹੀ ਹੋ ਗਿਆ ਹਾਂ ਤੇ ਤੇਜਾ ਸਿੰਘ ਵੀ ਇੱਥੇ ਰਹਿੰਦਾ ਤੇਜਾ ਸਿੰਘ ਵੀ ਆਂਦੇ ਨੇ ਇੱਥੇ ਹੁੰਦਾ ਸੀ ਕਿੱਦਾਂ ਦੇ ਲੋਕ ਸਨ ਉਹ ਲੋਕ ਬਿਹਤਰ ਸਨ ਠੀਕ ਸਨ ਬੜੇ ਹਮਦਰਦ ਦੇ ਲੋਕ ਸਨ ਕੋਈ ਕਹਾਣੀ ਸੁਣੀ ਇਹਨਾਂ ਦੇ ਬਾਰੇ ਹਾਂ ਜੀ ਮੈਂ ਅੱਗੇ ਸੁਣਾ ਰਿਹਾ ਹਾਂ ਇਹਨੂੰ ਸੁਣਾਓ ਸਾਨੂੰ ਵੀ ਭਈ ਸਾਡੇ ਵੱਡੇ ਗੱਲ ਦੱਸਦੇ ਹੁੰਦੇ ਸਾਡੇ ਵੱਡੇ ਲਿਆਉਂਦੇ ਹੁੰਦੇ ਹਨ ਛਤਰੇ ਅੱਛਾ ਉਹ ਛਤਰੇ ਲੈਣ ਟੁੱਟ ਜਾਂਦੇ ਹਨ ਅੱਜ ਕੱਲ੍ਹ ਸਿਆਲ ਚੜੇ ਅੱਛਾ ਤੇ ਉਹ ਆਉਂਦੇ ਹੁੰਦੇ ਹਨ ਤਿੰਨੀ ਚੌਂ ਮਹੀਨੀ ਅੱਛਾ ਉਹ ਜਦੋਂ ਟੁੱਟ ਜਾਂਦੇ ਹਨ ਤੇ ਮਗਰੋਂ ਜਿਹੜੇ ਲੰਬੜ ਸਨ ਤਰਨ ਸਿੰਘ ਉਹ ਆਪਣੇ ਬੀਬੀਆਂ ਨੂੰ ਆਉਂਦੇ ਹਨ ਕੋਠੇ ਤੇ ਚੜ ਕੇ ਤੇ ਇਹਨਾਂ ਦੀਆਂ ਬੀਬੀਆਂ ਨੂੰ ਪੁੱਛੋ ਕੋਈ ਦਾਣੇ ਛਾਣੇ ਹੈ ਜੇ ਅੱਛਾ ਤੇ ਜੇ ਨਹੀਂ ਨਾ ਤੇ ਲੈ ਲੈਣ ਦਾਣੇ ਸਾਡੇ ਕੋਲ ਤੇ ਜਦੋਂ ਆਉਣ ਦੇ ਬੰਨਿਓ ਮਾਲ ਸ਼ਾਲ ਲੈ ਕੇ ਤੇ ਆਪੇ ਫਿਰ ਪੈਸੇ ਦੇ ਕੇ ਤਣ ਦੇ ਅੱਛਾ ਉਹ ਇਸੇ ਤਰ੍ਹਾਂ ਦੇ ਲੋਕ ਸਨ ਏਡੇ ਹਮਦਰਦ ਲੋਕ ਸਨ ਅੱਛਾ ਤੇ ਦੂਜੇ ਅਕਬਰੀ ਭਰਜਾਈ ਨੂੰ ਤਾਂ ਦੋ ਬਾਲ ਸਨ ਉਹਦੇ ਉਹਨੂੰ ਭਰਾ ਭਰਜਾਈ ਨੂੰ ਫਿਰ ਲੈ ਗਿਆ ਉਹ ਜਦੋਂ ਮੁਸਲਮਾਨ ਹੋਇਆ ਕੀ ਨਾਂ ਰੱਖਿਆ ਸੀ ਉਹਦਾ ਨਿੱਕੇ ਦਾ ਨਹੀਂ ਨਿੱਕੇ ਦਾ ਨਾਂ ਸੀ ਮੁਹੰਮਦ ਅਲੀ ਤੇ ਵੱਡੇ ਦਾ ਨਾਂ ਰੱਖਿਆ ਨੇ ਨਾਇਤ ਅੱਛਾ ਨਾਇਤ ਸੀ ਹਾਂ ਤੇ ਖੁਸ਼ੀ ਮੁਹੰਮਦ ਨਾਇਤ ਤੇ ਨਿੱਕੇ ਦਾ ਨਾਮ ਮੁਹੰਮਦ ਅਲੀ ਸੀ ਅੱਛਾ ਮੁਹੰਮਦ ਅਲੀ ਆਹੋ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਇਹ ਜੀ ਪਿੰਡ ਮੁਸੈਕੇ ਵਾਲੀ ਦਾ ਸਕੂਲ ਹੈ ਅਤੇ ਇਹਦੇ ਸਾਹਮਣੇ ਇੱਧਰ ਗਰਲਜ਼ ਹਾਈ ਸਕੂਲ ਹੈ ਐਲੀਮੈਂਟਰੀ ਸਕੂਲ ਸੋਰੀ ਇਹ ਬੋਆਏ ਸਕੂਲ ਹੈ ਇਹ ਵੀ ਐਲੀਮੈਂਟਰੀ ਹੈ ਇਹ ਸਾਹਮਣੇ ਪਿੰਡ ਨਜ਼ਰ ਆ ਰਿਹਾ ਮੁਸੈਕੇ ਵਾਲੀ ਇੱਧਰ ਇੱਧਰ ਸਾਹਮਣੇ ਗੁਜਰਾਂ ਵਾਲਾ ਅਤੇ ਇਹ ਸਾਹਮਣੇ ਕਿਹੜਾ ਪਿੰਡ ਨਜ਼ਰ ਆ ਰਿਹਾ ਇਹ ਸਾਹਮਣੇ ਬਾਰਾਕੋਟ ਨਜ਼ਰ ਆ ਰਿਹਾ ਜੀ ਇਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਬਾਰਾਕੋਟ ਅੱਛਾ ਰੂੜੀਆਂ ਸਨ ਇੱਥੇ ਸਹੀ ਹੋ ਗਿਆ ਕਿਹੜਾ ਅੱਛਾ ਭਲਾ
ਕਿਹੜਾ ਪਿੱਛੇ ਜਿਹੜਾ? ਅੱਛਾ ਜਿਹੜਾ ਹੁਣ ਜਿੱਥੇ ਪੱਕਾ ਬਣ ਗਿਆ। ਅੱਛਾ ਸਿੱਖਾਂ ਦੀ ਸੀ, ਸਹੀ ਹੋ ਗਿਆ। ਅੱਛਾ ਬਜ਼ੁਰਗ ਕਿਹੜਾ ਕਿਹੜਾ ਘਰ ਸੀ? ਸਾਹਮਣੇ ਘਰ। ਅੱਛਾ ਸਿੱਖਾਂ ਦਾ ਘਰ ਸੀ, ਇਹਦਾ ਪਤਾ ਕੋਈ ਨਾਂ ਦਾ ਸਿੱਖਾਂ ਦਾ? ਅੱਛਾ ਸਹੀ ਹੋ ਗਿਆ। ਅੱਛਾ ਮਹੱਲਾ ਸਾਰਾ ਸਿੱਖਾਂ ਦਾ ਸੀ? ਇਹ ਵਾਲਾ ਏਰੀਆ ਵੀ ਸਾਰਾ ਏਰੀਆ। ਅੱਛਾ ਸਿੱਖਾਂ ਦੀ ਸੀ ਗਲੀ? ਉਹਨਾਂ ਦੇ ਹੱਥ ਦੇ ਦਰਵਾਜ਼ੇ ਨੇ ਕਿਹੜੇ? ਅੱਛਾ ਮਕਾਨ ਬਾਅਦ ਚ ਬਣਿਆ। ਅੱਛਾ ਅੱਛਾ ਲੰਬੜਦਾਰਾਂ ਦਾ। ਮਕਾਨ ਇਹਨਾਂ ਦੇ ਪੂਰੇ ਪੱਕੇ ਸਨ ਬਣੇ ਹੋਏ? ਕਿੱਥੇ ਤੱਕ ਸੀ ਬਣੇ? ਅੱਛਾ ਉਹ ਜਿੱਥੇ ਬੱਚੇ ਜਾਂਦੇ ਨੇ, ਐਡਾ ਵੱਡਾ ਘਰ ਸੀ? ਤੇ ਉੱਪਰ ਉਹ ਕਮਰਾ ਵਾਧੂ ਬਣੇ ਨੇ? ਅੱਛਾ ਇਸ ਘਰ ਦੇ ਵਿੱਚ ਖੂਹ ਵੀ ਹੈ ਸੀ? ਸਹੀ ਹੋ ਗਿਆ। ਅੱਛਾ ਇਹ ਉਹਨਾਂ ਨੇ ਰੱਖਿਆ ਹਾਲੇ? ਸਹੀ ਹੋ ਗਿਆ, ਠੀਕ ਹੋ ਗਿਆ। ਅੱਛਾ ਅੰਦਰ ਵੀ ਹਾਂਜੀ, ਇੱਥੇ ਰਿਹਾਇਸ਼ ਹਾਲੇ ਹੈਗੀ ਹੈ? ਸਹੀ ਹੋ ਗਿਆ, ਸਹੀ ਹੋ ਗਿਆ। ਖਿੜਕੀਆਂ ਵੀ ਉਦੋਂ ਆਉਂਦੀਆਂ ਜੀ ਪੁਰਾਣੀਆਂ। ਸਾਰਾ ਮਹੱਲਾ ਉਹਨਾਂ ਦਾ। ਅੱਛਾ ਇਹ ਵੀ ਗਲੀ ਜਿਹੜੀ ਸੁਨਿਆਰਿਆਂ ਦੀ ਸੀ ਘਰ? ਹਾਂ ਸਾਹਮਣਾ ਘਰ ਸੁਨਿਆਰਾ। ਅੱਛਾ ਇਹ ਸੁਨਿਆਰੇ ਸਨ, ਸਿੱਖ ਸਨ ਕਿ ਹਿੰਦੂ ਸਨ? ਸਿੱਖ ਸਨ। ਅੱਛਾ ਜਿਹੜਾ ਸਾਹਮਣੇ ਗ੍ਰੀਨ ਪੱਟੀ ਲੱਗੀ ਜਿੱਥੇ, ਇੱਥੇ ਵੀ ਮਕਾਨ ਸਿੱਖਾਂ ਦਾ ਸੀ ਇਹ ਵਾਲਾ? ਅੱਛਾ ਸਹੀ ਹੋ ਗਿਆ। ਤੁਹਾਡੇ ਕੋਲ ਕਿਹੜੇ ਸਨ ਚ ਆਏ ਸੀ ਸਿੱਖ ਇੱਥੇ? ਬਜ਼ੁਰਗੋ ਅੱਜ ਅਸੀਂ ਇਸ ਬਾਰੇ ਪੁੱਛਣੀਆਂ ਗੱਲਾਂ ਬਾਤਾਂ, ਇਹ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖ ਵਾਸ ਸਨ, ਉਹਨਾਂ ਦੇ ਨਾਂ ਦੱਸੋ। ਸਾਨੂੰ ਤਾਂ ਥੋੜਾ ਥੋੜਾ ਪਤਾ, ਜਾਗਰ ਸਿੰਘ ਹਾਂਜੀ, ਤੇ ਇੱਕ ਕਪੂਰੀ ਲੰਗਾ ਲੰਗਾ ਸੁਣਿਆ। ਅੱਛਾ ਤੇ ਇੱਕ ਤਰਨ ਸਿੰਘ ਜੱਟ ਸਨ, ਲੰਬੜ ਸਨ ਪਿੰਡ ਦੇ। ਅੱਛਾ ਉਹਦਾ ਬੱਚਾ ਸੀ ਲਾਲ ਸਿੰਘ। ਅੱਛਾ ਇੱਕ ਕੋਈ ਕਰਤਾਰੂ ਵਾਲੀ ਸੁਣੇ ਨੇ। ਅੱਛਾ ਇੱਕ ਜਹਾਰਾ ਹੁੰਦਾ ਸੀ। ਅੱਛਾ ਇੱਕ ਸ਼ਿੰਗਾਰਾ ਹੁੰਦਾ ਸੀ। ਸਹੀ ਹੋ ਗਿਆ। ਇੱਕ ਪਿਆਰਾ ਹੁੰਦਾ ਸੀ, ਤ੍ਰੈ ਭਰਾ ਹਨ ਉਹ। ਅੱਛਾ ਸਹੀ ਹੋ ਗਿਆ। ਤੇ ਤੇਜਾ ਸਿੰਘ ਵੀ ਇੱਥੇ ਰਹਿੰਦਾ? ਤੇਜਾ ਸਿੰਘ ਵੀ ਆਉਂਦੇ ਨੇ ਇੱਥੇ ਹੁੰਦਾ ਸੀ। ਉਹ ਵਾਵਾ ਜ਼ਮੀਨ ਵਾਲਾ ਬੰਦਾ ਸੀ? ਸਾਨੂੰ ਇਹ ਨਹੀਂ ਪਤਾ, ਵਾਵਾ ਹੀ ਜ਼ਮੀਨ ਹੋਵੇ, ਸਾਰੇ ਸਿੱਖ ਮਾਲਕ ਸਨ। ਅੱਛਾ ਮਾਲਕ ਸਨ ਇੱਥੋਂ? ਹਾਂ ਇੱਕ ਸ਼ਰਮਾ ਸਿੰਘ ਹੁੰਦਾ ਸੀ। ਅੱਛਾ ਸਹੀ ਹੋ ਗਿਆ। ਤੇ ਬਜ਼ੁਰਗ ਤੁਸੀਂ ਸ਼ੁਰੂ ਤੋਂ ਇੱਥੇ ਰਹਿੰਦੇ ਹੋ ਕਿ ਇੰਡੀਆ ਤੋਂ ਆਏ ਹੋ? ਇੱਥੇ ਹੀ ਰਹਿੰਦੇ। ਇੱਥੋਂ ਹੀ ਰਹਿੰਦੇ ਹੋ? ਹਾਂਜੀ। ਤੁਹਾਡੀ ਕਿਹੜੀ ਬਰਾਦਰੀ? ਸਮਰਾ। ਸਮਰਾ। ਤੇ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਉਹਨਾਂ ਦੀ ਕਿਹੜੀ ਬਰਾਦਰੀ ਸੀ? ਉਹ ਸਭ ਵੜੈਤ ਹੀ ਖਵਾਉਂਦੇ ਹਨ। ਅੱਛਾ ਵੜੈਤ ਹੀ ਸਨ। ਹਾਂਜੀ। ਇੱਥੇ ਮੋਰੀ ਵਾਲਾ ਖੂਹ ਕਿਹੜੀ ਸਾਈਡ ਤੇ? ਮੋਰੀ ਵਾਲੇ ਦੋ ਮੋਰੀ ਵਾਲੇ ਹਨ। ਕਿਹੜੀ ਕਿਹੜੀ ਸਾਈਡ ਤੇ? ਆਹ ਲਾਂਦੀ ਸਾਈਡ ਤੇ। ਓਏ ਕਿੰਨਾ ਦੇ ਸਨ ਖੂਹ? ਇਹ ਮੇਰਾ ਖਿਆਲ ਉਹ ਸ਼ਿੰਗਾਰਾ ਕੋਈ ਪਿਆ ਦੱਸ ਦੇਣਾ ਜੀ। ਨਹੀਂ ਤੇਜਾ ਸਿੰਘ ਕਿਹਾ ਤਾਂ ਸੁਣਿਆ ਮੈਂ, ਤੇ ਸ਼ਾਇਦ ਤੇਜਾ ਸਿੰਘ ਵੀ ਹੋਵੇਗਾ, ਤੇ ਸਾਨੂੰ ਉਹਨਾਂ ਦਾ ਨਹੀਂ ਪਤਾ ਉਹ ਕਿੰਨਾ, ਕਿਉਂਕਿ ਅਸੀਂ ਬੇਸ ਮਾਲੇ ਹਾਂ। ਅੱਛਾ ਹਾਂ। ਤੇ ਖੂਹ ਵਖਦਾ ਵੇਖਿਆ ਤੁਸੀਂ? ਖੂਹ ਨਹੀਂ ਵਖਦੇ ਵੇਖੇ ਹਾਂ, ਅਸਾਂ ਤੇ ਨਾ ਬਾਅਦ 'ਚ ਉੱਥੇ ਮੋਟਰਾਂ ਲੱਗੀਆਂ ਹੀ ਵੇਖੀਆਂ। ਅੱਛਾ ਹਾਂ। ਖੂਹ ਆ ਨੇੜੇ ਨੇੜੇ ਵਗਦੇ ਵੇਖੇ ਨੂੰ, ਉੱਥੋਂ ਤੀਕਰ ਸਾਡਾ ਨਹੀਂ ਸੀ ਜਾਣ ਹੁੰਦਾ, ਮੋਕਲਾ ਸਨ ਦੋਵੇਂ। ਅੱਛਾ ਦੂਰ? ਹਾਂ ਦੂਰ, ਇੱਥੋਂ ਤਕਰੀਬਨ 20-25 ਪੈਲੀਆਂ ਮੋਕਲੇ ਨੇ। ਅੱਛਾ ਦੋਵੇਂ ਇੱਥੇ ਇਸ ਦਾ ਦੇ ਖੂਹ ਨੇ ਮੇਰਾ। ਹੋਰ ਇੱਥੇ ਪਿੰਡ ਦੇ ਵਿੱਚ ਆਲੇ ਦੁਆਲੇ ਕਿਹੜੇ ਕਿਹੜੇ ਮਸ਼ਹੂਰ ਖੂਹ ਸਨ? ਇੱਥੇ ਸਾਰੇ ਖੂਹ ਹਨ, ਆਵੇ ਵਾਲਾ ਖੂਹ। ਅੱਛਾ ਤੇ ਜਾਨੀ ਵਾਲਾ ਖੂਹ। ਸਹੀ। ਸ਼ਰਕ ਵਾਲਾ ਖੂਹ। ਭਾਈਆਂ ਵਾਲਾ ਖੂਹ। ਅੱਛਾ ਬਖਤੇ ਵਾਲਾ ਖੂਹ। ਅੱਗੇ ਤੂਤ ਵਾਲਾ ਖੂਹ। ਸਹੀ। ਉਹ ਲੰਬੜਾਂ ਜਿਹਨਾਂ ਦਾ ਮੈਂ ਤੁਹਾਨੂੰ ਲੰਬੜ ਦੱਸਦਾ, ਉਹਨਾਂ ਦਾ ਪਿੱਪਲ ਵਾਲਾ ਖੂਹ ਸੀ।
ਸਹੀ ਹੋ ਗਿਆ। ਪਿੱਪਲ ਵਾਲਾ ਖੂਹ, ਫਿਰ ਅੱਗੇ ਬਾਵੇਂ ਵਾਲਾ ਖੂਹ, ਸਹੀ ਹੋ ਗਿਆ। ਵਾਵਾ ਜ਼ਮੀਨ ਸੀ ਇਹਨਾਂ ਲੋਕਾਂ ਦੀ। ਹਾਂ ਜੀ, ਉਸ ਜ਼ਮਾਨੇ ਚ ਫਕੀਰਾਂ ਦਾ ਖੂਹ। ਅੱਛਾ, ਫਕੀਰਾਂ ਦਾ ਵੀ ਖੂਹ ਸੀ। ਹਾਂ ਜੀ, ਸਹੀ ਹੋ ਗਿਆ। ਕਿੱਦਾਂ ਦੇ ਲੋਕ ਸਨ ਉਹ? ਲੋਕ ਬਿਹਤਰ ਸਨ, ਠੀਕ ਸਨ, ਬੜੇ ਹਮਦਰਦ ਦੇ ਲੋਕ ਸਨ। ਕੋਈ ਕਹਾਣੀ ਸੁਣੀ ਇਹਨਾਂ ਦੇ ਬਾਰੇ? ਹਾਂ ਜੀ, ਮੈਂ ਅੱਗੇ ਸੁਣਾ ਰਿਹਾ ਹਾਂ ਇਹਨੂੰ। ਸੁਣਾਓ ਸਾਨੂੰ ਵੀ। ਭਈ ਸਾਡੇ ਵੱਡੇ ਗੱਲ ਦੱਸਦੇ ਹੁੰਦੇ, ਸਾਡੇ ਵੱਡੇ ਲਿਆਉਂਦੇ ਹੁੰਦੇ ਹਨ ਛਤਰੇ। ਅੱਛਾ, ਉਹ ਛਤਰੇ ਲੈਣ ਟੁੱਟ ਜਾਂਦੇ ਹਨ ਅੱਜ ਕੱਲ੍ਹ ਸਿਆਲ ਚੜੇ। ਅੱਛਾ, ਤੇ ਉਹ ਆਉਂਦੇ ਹੁੰਦੇ ਹਨ ਤਿੰਨੀ ਚੌਂ ਮਹੀਨੀ। ਅੱਛਾ, ਉਹ ਜਦੋਂ ਟੁੱਟ ਜਾਂਦੇ ਹਨ ਤੇ ਮਗਰੋਂ ਜਿਹੜੇ ਲੰਬੜ ਸਨ ਤਰਨ ਸਿੰਘ ਕੇ, ਉਹ ਆਪਣੇ ਬੀਬੀਆਂ ਨੂੰ ਆਉਂਦੇ ਹਨ ਕੋਠੇ ਤੇ ਚੜ ਕੇ, ਤੇ ਇਹਨਾਂ ਦੀਆਂ ਬੀਬੀਆਂ ਨੂੰ ਪੁੱਛੋ ਕੋਈ ਦਾਣੇ ਸ਼ਾਣੇ ਹੈ ਜੇ। ਅੱਛਾ, ਤੇ ਜੇ ਨਹੀਂ ਨਾ ਤੇ ਲੈ ਲੈਣ ਦਾਣੇ ਸਾਡੇ ਕੋਲ, ਤੇ ਜਦੋਂ ਆਉਣ ਦੇ ਬੰਨਿਓ ਮਾਲ ਸ਼ਾਲ ਲੈ ਕੇ ਤੇ ਆਪੇ ਫਿਰ ਪੈਸੇ ਦੇ ਕੇ ਤਰਨ ਦੇ। ਅੱਛਾ, ਉਹ ਇਸੇ ਤਰ੍ਹਾਂ ਦੇ ਲੋਕ ਸਨ, ਏਡੇ ਹਮਦਰਦ ਲੋਕ ਸਨ। ਸਹੀ ਹੋ ਗਿਆ। ਉਸ ਤੋਂ ਬਾਅਦ ਕੋਈ ਆਇਆ ਇੱਥੇ? ਇੱਕ ਦੀ ਆਏ ਹੈ ਸਾਨੂੰ ਜੇ, ਮੈਂ ਤੇ ਨਹੀਂ ਸਾਂ, ਦੋ ਵਾਰੀ ਆਏ ਨੇ, ਸੁਣਿਆ ਹੈ ਵੀ ਆਏ ਹੈ ਸਨ, ਮੈਂ ਨਹੀਂ ਉਹ ਨੇੜੇ ਗਿਆ ਵੇਖਿਆ। ਅੱਛਾ, ਮੇਰੇ ਆਉਣ ਤੋਂ ਬੰਨਿਓ ਉਹ ਟੁੱਟ ਜਾਂਦੇ ਰਹਿਣ ਪਹੁੰਚ ਪਹੁੰਚ। ਸਹੀ ਹੋ ਗਿਆ। ਉਹਨਾਂ ਨੂੰ ਵਡੇਰੇ ਪੁੱਛਦੇ ਰਹਿਣੇ ਪਏ ਨਾ ਵੱਡਿਆਂ ਦਾ, ਤੇ ਉਹ ਆਉਂਦੇ ਹਨ ਹੁਣ ਫੌਤ ਹੋ ਗਏ। ਅੱਛਾ ਅੱਛਾ, ਬਜ਼ੁਰਗੋ ਇਹ ਦੱਸੋ ਕਿ ਇਹ ਲੋਕ ਜਦੋਂ ਇੱਥੋਂ ਗਏ ਨੇ, ਹਾਂਜੀ, ਮੁਸਲਮਾਨ ਘੁਮਿਆਰਾਂ ਦੇ ਖੋਤਿਆਂ ਖੂਤਿਆਂ ਦੇ ਸਮਾਨ ਸਮੂਨ ਲੱਦ ਕੇ 8 ਦਿਨ ਪਹਿਲਾਂ ਟੁੱਟ ਗਏ ਹਨ। ਅੱਛਾ, ਬਾਕੀ ਇੱਥੇ ਜਿਹੜੇ ਹਨ ਉਹ ਵੀ ਲੋਕ ਇੱਥੋਂ ਮਹਫੂਜ਼ ਹੀ ਗਏ ਨੇ, ਰਾਹ ਦਾ ਅੱਗੋਂ ਜਾ ਕੇ ਨਹੀਂ ਸਾਨੂੰ ਪਤਾ ਇੱਥੋਂ ਲੁੱਟਿਆ। ਨਹੀਂ ਨਹੀਂ, ਜਿਹੜਾ ਉਹਨਾਂ ਦੇ ਘਰ ਬਾਰ ਛੱਡ ਗਏ ਸਨ ਉਹ ਅੱਗੋਂ ਆਏ ਨੇ ਲੋਕ ਜਥਾ, ਇੱਥੋਂ ਹਸਨ ਵਾਲੀ ਵੱਲੋਂ, ਦਰਵੇਸ਼ ਵੱਲੋਂ, ਅਗਲੇ ਪਿੰਡਾਂ ਚੋਂ। ਅੱਛਾ, ਉਹਨਾਂ ਫਿਰ ਲੁੱਟ ਖਲੁੱਟ ਆਣ ਕੇ ਕੀਤੀ, ਮਾਲ ਡੰਗਰ ਖੋਲ੍ਹ ਕੇ ਖੜਿਆ ਸੀ। ਅਤੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਬਿਸਤਰੇ ਸੀ, ਕੋਈ ਚੀਜ਼ਾਂ ਸੀ, ਉਹ ਕਿਹਨੇ ਲੁੱਟੀਆਂ? ਉਹ ਇੱਥੋਂ ਪਤਾ ਨਹੀਂ, ਉਹਨੇ ਅਸੀਂ ਵਡੇਰੇ ਬੰਦੇ ਹਾਂ ਸਾਨੂੰ, ਕਿ ਬੱਚੇ ਹਾਂ ਸਾਨੂੰ, ਤਾਂ ਪਤਾ ਨਹੀਂ ਕਿਹਨੇ ਕਿਹਨੇ ਲੁੱਟੀਆਂ ਨੇ, ਅਸੀਂ ਤਾਂ ਉਦੋਂ ਹੋਸ਼ ਹੀ ਨਹੀਂ ਸੰਭਾਲੀ ਤੇ। ਹਾਂ, ਸਹੀ ਹੋ ਗਿਆ। ਅਤੇ ਬਜ਼ੁਰਗ ਕੀ ਦੱਸਦੇ ਨੇ? ਬਜ਼ੁਰਗ ਦੇ ਦੱਸਦਿਆਂ ਉਹ ਬੰਦੇ ਠੀਕ ਸਨ, ਇੱਕ ਇਹਨਾਂ ਦਾ ਬੰਦਾ ਇੱਥੇ ਮਰਿਆ ਹੋਇਆ ਸੀ, ਉਹ ਵੀ 5-7 ਦਿਨ ਤੋਂ ਬਾਅਦ। ਅੱਛਾ, ਉਹ ਸੀ ਅਮਲੀ ਉਹਨੂੰ ਆਉਂਦੇ ਹਨ। ਕਿੰਨਾ ਦਾ ਬੰਦਾ ਸੀ? ਸਿੱਖਾਂ ਦਾ। ਨਾਂ ਚੇਤਾ ਉਹਨਾਂ ਦਾ ਕੋਈ, ਕਿਹੜਾ ਸਿੱਖ ਸੀ? ਨਹੀਂ ਇਹ ਨਹੀਂ ਸਾਨੂੰ ਪਤਾ, ਉਹ ਅਮਲੀ ਉਹਨੂੰ ਆਉਂਦੇ ਸਨ। ਅੱਛਾ, ਉਹ ਇੱਥੇ ਮਰਿਆ ਸੀ? ਉਹ ਇੱਥੇ ਮਰਿਆ। ਕਿੰਨੇ ਮਾਰਿਆ ਸੀ ਉਹ? ਉਹ ਹਸਨ ਵਾਲੀ ਦੇ ਬੰਦੇ ਪਏ ਹਨ ਜਥਾ। ਅੱਛਾ, ਉਹ ਨਾਨ ਕੇ ਮਾਰਿਆ ਸੀ। ਉਹ ਨਹੀਂ ਸੀ ਗਿਆ ਪਿੰਡੋਂ? ਨਹੀਂ, ਉਹ ਅਜੇ ਇੱਥੇ ਸੀ। ਹੋਰ ਜਿਹੜੇ ਹਨ ਨਾ ਪਿਆਰਾ ਅਤੇ ਸ਼ਿੰਗਾਰਾ ਅਤੇ ਪਿਆਰਾ ਅਤੇ ਨਹੀਂ ਉਹਦੇ ਨਾਂ ਹੋਰ ਸੀ, ਇਹ ਉਹ ਦੋ ਇੱਕ ਭਰਾ ਉਹਨਾਂ ਦਾ ਟੁੱਟ ਗਿਆ ਸੀ। ਅੱਛਾ, ਅਤੇ ਦੋ ਇੱਥੇ ਰਹਿ ਗਏ ਹਨ। ਸਹੀ, ਉਹਨਾਂ ਫਿਰ ਮੁਸਲਮਾਨ ਹੋ ਗਏ ਹਨ। ਅੱਛਾ, ਮੁਸਲਮਾਨ ਹੋ ਗਏ ਸਨ? ਮੁਸਲਮਾਨ ਹੋ ਗਏ ਹਨ, ਫਿਰ ਵਾਹਵਾ ਚਿਰ ਰਹੇ ਨੇ ਉਹ ਇੱਥੇ। ਉਹ ਉੱਥੇ ਉਹਨਾਂ ਦੀ ਜ਼ਮੀਨ ਸੀ ਪਰਾਂ ਕਲਰ ਦੇ ਵਿੱਚ, ਉੱਥੇ ਉਹਨਾਂ ਆਪਣਾ ਡੇਰਾ ਡੂਰਾ ਪਾ ਲਿਆ ਸੀ, ਕੱਚੀਆਂ ਘੁੱਲੀਆਂ, ਅਸੀਂ ਉਹਨਾਂ ਦੇ ਕੋਲ ਪਾਣੀ ਹਾਣੀ ਪੀਣ ਜਾਂਦੇ ਹਨ, ਡੰਗਰ ਖੋਲ੍ਹ ਕੇ ਖੜਦੇ ਹਾਂ। ਚਲੇ ਗਏ ਸੀ ਉਹ? ਹਾਂ, ਪਿੰਡੋਂ ਉਹ ਟੁੱਟ ਗਏ ਹਨ, ਉੱਥੇ ਡੇਰੇ 'ਤੇ ਰਹਿੰਦੇ ਹਨ। ਸਹੀ, ਉਹਨਾਂ ਦਾ ਜਿਹੜਾ ਭਰਾ ਟੁੱਟ ਗਿਆ ਸੀ ਨਾ, ਅੱਛਾ, ਉਹ ਫਿਰ ਆਇਆ ਸੀ ਕੋਈ 10-15 ਸਾਲ ਤੋਂ ਬਾਅਦ, ਪਾਕਿਸਤਾਨ ਜਦੋਂ ਬਣ ਗਿਆ ਸੀ। ਹਾਂਜੀ, ਪਾਕਿਸਤਾਨ ਤੋਂ ਬਣਨ ਤੋਂ ਬਾਅਦ 10-12 ਸਾਲਾਂ ਬਾਅਦ ਆਇਆ ਸੀ। ਇੱਕ ਭਰਾ ਉਹਨਾਂ ਦਾ ਫੌਤ ਹੋ ਗਿਆ ਸੀ ਇੱਥੇ, ਫਿਰ ਹੁਣ ਮੁਸਲਮਾਨ ਜੋ ਹੋ ਗਿਆ, ਦਫਨ ਕਰ ਦਿੱਤਾ ਹਨ। ਅੱਛਾ, ਅਤੇ ਦੂਜੇ ਇੱਕ ਵਾਰੀ ਭਰਜਾਈ ਨੂੰ ਤਾਂ 2 ਬਾਲ ਸਨ ਉਹਦੇ, ਉਹਨੂੰ ਉਹ ਭਰਜਾਈ ਨੂੰ ਫਿਰ ਲੈ ਗਿਆ। ਉਹ ਜਦੋਂ ਮੁਸਲਮਾਨ ਹੋਇਆ ਕੀ ਨਾਂ ਰੱਖਿਆ ਸੀ ਉਹਦਾ? ਨਿੱਕੇ ਦਾ ਨਹੀਂ, ਨਿੱਕੇ ਦਾ ਨਾਂ ਸੀ ਮੁਹੰਮਦ ਅਲੀ, ਅਤੇ ਵੱਡੇ ਦਾ ਨਾਂ ਰੱਖਿਆ ਉਹਨੇ ਨੈਤ। ਹੈਂ, ਨੈਤ, ਅਤੇ ਨਿੱਕੇ ਦਾ ਨਾਂ ਮੁਹੰਮਦ ਅਲੀ ਸੀ। ਅੱਛਾ, ਮੁਹੰਮਦ ਅਲੀ। ਆਹੋ, ਕਿਹੜੀ ਸਾਈਡ 'ਤੇ ਸੀ ਇਹਨਾਂ ਦੀਆਂ ਪੈਲੀਆਂ? ਉਹ ਸਾਈਡ 'ਤੇ, ਲਾਂਦੀ ਸਾਈਡ 'ਤੇ। ਅੱਛਾ, ਲਾਂਦੀ ਸਾਈਡ 'ਤੇ। ਹਾਂ, ਮੋਰੀ ਵਾਲੇ ਤੋਂ ਉਰਾਂ, ਮੋਰੀ ਵਾਲੇ ਤੋਂ ਉਰਾਂ ਹਨ ਥੋੜ੍ਹੀਆਂ। ਸਹੀ ਹੋ ਗਿਆ। ਹਾਂਜੀ, ਜਿੰਨਾ ਇੱਥੋਂ ਦੌੜਿਆ ਕਿ ਟਾਹਲੀ ਵਾਲਾ ਖੂਹ ਵੀ ਸੀ। ਅੱਛਾ, ਟਾਹਲੀ ਵਾਲਾ? ਹਾਂਜੀ। ਉਹ ਕਿੰਨਾ ਦਾ ਸੀ? ਉਹ ਵੀ ਸਿੱਖਾਂ ਦੇ ਸੀ। ਸਿੱਖਾਂ ਦੇ? ਹਾਂਜੀ, ਸਾਡੇ ਪਿੰਡ ਇੱਥੇ ਨਾ ਮੁਸਲਮਾਨ ਜੱਟ ਕੋਈ ਨਹੀਂ ਸੀ। ਅੱਛਾ, ਮੁਸਲਮਾਨ ਜਿੰਨੇ ਹਨ ਸਭ ਕੰਮੀ ਸਨ। ਸਹੀ ਹੋ ਗਿਆ। ਹਾਂ, ਲੁਹਾਰ, ਤਰਖਾਨ, ਜਿਲਾ, ਇਨਸਾਨ, ਮੋਚੀ, ਹਰ ਕੌਮ ਸੀ, ਬਾਕੀ ਇਹ ਸਾਰੇ ਨਾ ਮਾਲਕ ਨਹੀਂ ਸਨ। ਸਹੀ ਹੋ ਗਿਆ। ਮਾਲਕ ਆਣ ਕੇ ਬਣੇ ਨੂੰ ਉੱਥੋਂ ਇੰਡੀਆ 'ਚੋਂ ਫਿਰ ਰਾਜਪੂਤ ਜਿਹੜੀ ਉਹ ਤਲਜ਼ਮੀਨ ਛੱਡ ਕੇ ਆਏ ਨੂੰ, ਉਹਨਾਂ ਨੂੰ ਫਿਰ ਇਹ ਪਈ ਹੈ। ਬਥੇਰੀ ਪਰ ਰਹਿ ਇੱਕ ਗਈ ਹੈ। ਆਹ, ਫਿਰ ਵੇਚ ਬੁੱਕ ਗਈ ਹੈ, ਇੱਕ ਪੈਲੀ ਆਇਆ ਹੁਣ ਆਪਣੇ ਕੋਲ। ਹੁਣ ਲੋਕ ਚੇਤਾ ਆਉਂਦੇ ਨੇ? ਉਹ ਵੇਖੋ ਜੀ, ਸਾਨੂੰ ਕੀ ਚੇਤਾ ਹੋਣਾ, ਸਾਡੇ ਤੋਂ ਜਿਹੜੇ ਪਹਿਲੇ ਵੱਡੇ ਸਨ ਉਹਨਾਂ ਨੂੰ ਬੜੇ ਚੇਤਾ ਆਉਂਦੇ ਹਨ, ਅਸੀਂ ਤਾਂ ਉਹਨਾਂ ਦੀਆਂ ਹੀ ਸੁਣ ਕੇ
ਪੁਰਾਣੀ ਹਿਸਦੀ ਇਸਤਰੀ ਸੁਣ ਕੇ ਤੇ ਅਸੀਂ ਆਨੇ ਬਿਹਤਰ ਸਨ। ਸਹੀ ਹੋ ਗਿਆ, ਸਹੀ ਹੋ ਗਿਆ। ਹਾਂਜੀ ਠੀਕ ਹੈ ਬਜ਼ੁਰਗੋ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰ। ਮਿਹਰਬਾਨੀ ਜਨਾਬ, ਸ਼ੁਕਰੀਆ।